ਉਨਮੀ ਕਹਾਣੀ ਭਵਿਸ਼ਯ ਵਕਤਾ ਪਰਮਾਤਮੇ ਯੇ ਤਰਫਾ ਤੇ ਗਲਾਣੇ ਵਾਲਾ ਪਰਮਾਤਮਾ ਹਮੇਸ਼ਾ ਇਜ਼ਰਾਈਲੀ ਲੋਕਾਂ ਲਈ ਭਵਿਸ਼ਯ ਵਕਤਾ ਜੋ ਗਲਦਾ ਰਹਿੰਦਾ ਥਾ। ਭਵਿਸ਼ਯ ਵਕਤਾ ਪਰਮਾਤਮੇ ਦੇ ਸੰਦੇਸ਼ਾਂ ਜੋ ਸੁਣਦੇ ਥੇ ਕਨੇ ਫਿਰ ਲੋਕਾਂ ਜੋ ਦੱਸਦੇ ਥੇ। ਜਾਲੂ ਅਹਾਬ ਇਜ਼ਰਾਈਲ ਦੇਸ਼ ਦਾ ਰਾਜਾ ਥਾ ਤਾਂ ਤਿਸ ਵਕਤ ਏਲੀਆਹ ਭਵਿਸ਼ਯ ਵਕਤਾ ਥਾ। ਅਹਾਬ ਇੱਕ ਬੁਰਾ ਮਾਣੂ ਥਾ। ਤਿੰਨੇ ਝੂਠੇ ਬਾਲ ਦੇਵਤੇ ਦੀ ਭਗਤੀ ਕਰਵਾਉਣੇ ਤਾਈਂ ਲੋਕਾਂ ਜੋ ਮਜਬੂਰ ਕੀਤਾ ਥਾ। ਇਸ ਤਾਈਂ ਏਲੀਆਹ ਅਹਾਬ ਰਾਜੇ ਨੇ ਗਲਾਇਆ ਕਿ ਪਰਮਾਤਮਾ ਤਿੰਨਾਂ ਲੋਕਾਂ ਜੋ ਸਜ਼ਾ ਦੇਣੇ ਜੋ ਤਿਆਰ ਹੈ। ਤਿੰਨੀ ਤਿਸ ਨੇ ਗਲਾਇਆ, ਜਲੂ ਤਿਕਰ ਮੈਂ ਵਰਖਾ ਹੋਣੇ ਤਾਈਂ ਨਹੀਂ ਗਲਾਂਗਾ, ਤਾਲੂ ਤਿਕਰ ਇਜ਼ਰਾਈਲ ਦੇਸ਼ ਚ ਵਰਖਾ ਨਹੀਂ ਹੋਊਗੀ, ਕਨੇ ਨਾ ਹੀ ਪਾਲਾ ਪਊਂਗਾ। ਇਸਾ ਗੱਲਾਂ ਤੇ ਅਹਾਬ ਰਾਜੇ ਜੋ ਬੜਾ ਗੁੱਸਾ ਆਇਆ, ਕਨੇ ਤਿੰਨੀ ਏਲੀਆਹ ਜੋ ਮਾਰੀ ਦੇਣੇ ਦਾ ਫੈਸਲਾ ਲਿਆ। ਇਸ ਤਾਈਂ ਪਰਮਾਤਮਾ ਏਲੀਆਹ ਨੇ ਗਲਾਇਆ ਕਿ ਤੂੰ ਜੰਗਲੇ ਚ ਜਾਈ ਕਰੀ ਲੁਕੀ ਬੈਠ, ਕਜੋ ਕਿ ਅਹਾਬ ਰਾਜਾ ਤੀਜੋ ਮਾਰਨੇ ਦੀ ਤਾਕਤ ਚ ਹੈ। ਏਲੀਆਹ ਇਸਾ ਗੱਲਾਂ ਜੋ ਸੁਣੀ ਕਰੀ ਜੰਗਲੇ ਚ ਤਿਸ ਨਾਲੇ ਅਲੀ ਗਿਆ ਜਿੱਥੋਂ ਜਾਣੇ ਤਾਈਂ ਪਰਮਾਤਮਾ ਦੱਸਿਆ ਥਾ। ਕੋਗਲੇ ਹਰ ਵਿਆਗਾ ਕਨੇ ਸੰਜਾ ਏਲੀਆਹ ਜੋ ਰੋਟੀ ਕਨੇ ਮਾਸ ਲਈ ਨੇ ਆਉਂਦੇ ਥੇ। ਅਹਾਬ ਰਾਜਾ ਕਨੇ ਤਿਸਦੇ ਸੈਨਿਕ ਏਲੀਆਹ ਜੋ ਤੋਪਾ ਦੇ ਥੇ, ਅਪਰ ਸਹਿ ਤਿਸੀਓ ਤੋਪੀ ਨਹੀਂ ਸਕੇ। ਥੋੜੇ ਦਿਨਾਂ ਬਾਅਦ ਵਰਖਾ ਨਹੀਂ ਹੋਣੇ ਦੀ ਵਜ੍ਹਾ ਤੇ ਸਹਿ ਨਾਲਾ ਸੁੱਕੀ ਗਿਆ। ਤਾਲੂ ਏਲੀਆਹ ਬੱਖੇ ਵਾਲੇ ਦੇਸ਼ੇ ਚੋਂ ਚਲੀ ਗਿਆ। ਕਨੇ ਇਸ ਦੇਸ਼ੇ ਚ ਇੱਕ ਗਰੀਬ ਵਿਧਵਾ ਥੀ ਜਿਸਾ ਦਾ ਇੱਕ ਜਾਗਤ ਥਾ। ਅਕਾਲੇ ਦੀ ਵਜ੍ਹਾ ਤੇ ਤਿੰਨਾਂ ਅਲੀ 2-3 ਦਿਨਾਂ ਦਾ ਰਾਸ਼ਨ ਬਚਿਆ ਥਾ। ਸਹਿ ਦੋ ਜਣੇ ਹੀ ਇਸ ਰਾਸਨੇ ਤੇ ਥੋੜੇ ਦਿਨ ਤਾਈਂ ਆਪਣਾ ਪੇਟ ਭਰੀ ਕਰੀ ਜਿੰਦੇ ਰਹਿ ਸਕਦੇ ਥੇ, ਅਪਰ ਫਿਰ ਵੀ ਤਿੰਨੇ ਜਣਾਸੇ ਏਲੀਆਹ ਦੀ ਤਿਸ ਵਕਤ ਮਦਦ ਕੀਤੀ। ਇਸ ਤਾਈਂ ਪਰਮਾਤਮਾ ਤਿੰਨਾਂ ਦੇ ਘੜੇ ਦਾ ਆਟਾ ਕਨੇ ਕੁਪੀਏ ਦਾ ਤੇਲ ਖਤਮ ਹੋਣਾ ਨਹੀਂ ਦਿੱਤਾ। ਪੂਰੇ ਅਕਾਲ ਚ ਵੀ ਤਿੰਨਾਂ ਜੋ ਰਾਸ਼ਨ ਦੀ ਕੋਈ ਕਮੀ ਨਹੀਂ ਹੋਈ। ਕਨੇ ਏਲੀਆਹ ਉੱਥੋਂ ਮਤੇ ਸਾਲ ਰਿਹਾ। 30.5 ਸਾਲਾਂ ਬਾਅਦ ਪਰਮਾਤਮਾ ਏਲੀਆਹ ਨੇ ਗਲਾਇਆ ਕਿ ਸਹਿ ਫਿਰੀ ਵਰਖਾ ਕਰਗਾ, ਕਨੇ ਤੂੰ ਇਜ਼ਰਾਈਲ ਦੇਸ਼ੇ ਜੋ ਵਾਪਸ ਜਾ, ਕਨੇ ਅਹਾਬ ਰਾਜੇ ਨੇ ਮਿਲ। ਇਸ ਤਾਈਂ ਏਲੀਆਹ ਅਹਾਬ ਰਾਜੇ ਅਲੀ ਗਿਆ। ਕਨੇ ਜਾਲੂ ਤਿੰਨੀ ਤਿਸੀਓ ਦਿਖਿਆ ਕਨੇ, ਤਾਲੂ ਏਲੀਆਹ ਨੇ ਗਲਾਇਆ, ਅੱਛਾ ਤੂੰ ਹੈ ਮੁਸੀਬਤ ਪੈਦਾ ਕਰਨ ਵਾਲਾ। ਤਿੰਨੀ ਅਹਾਬ ਰਾਜੇ ਨੇ ਗਲਾਇਆ, ਮੁਸੀਬਤ ਪੈਦਾ ਕਰਨ ਵਾਲਾ ਤਾਂ ਤੂੰ ਹੈ, ਤੂੰ ਸੱਚੇ ਸਰਬ ਸ਼ਕਤੀਮਾਨ ਯਹੋਵਾ ਪਰਮਾਤਮੇ ਜੋ ਛੱਡੀ ਕਰੀ ਮਾਮੂਲੀ ਬਾਲ ਦੇਵਤੇ ਦੀ ਭਗਤੀ ਕਰਦਾ ਹੈ। ਤਾਲੂ ਅਹਾਬ ਰਾਜੇ ਸਾਰੇ ਇਜ਼ਰਾਈਲੀ ਲੋਕਾਂ ਜੋ ਸੱਦਿਆ ਕਨੇ ਭਵਿਸ਼ਯ ਵਕਤਾਂ ਜੋ ਕਰਮੇਲ ਪਹਾੜੇ ਪਰ ਕਿੱਠਾ ਕੀਤਾ। ਸਾਰੇ ਇਜ਼ਰਾਈਲੀ ਲੋਕਾਂ ਸਮੇਤ ਕਨੇ ਬਾਲ ਦੇਵਤੇ ਦੇ 450 ਭਵਿਸ਼ਯ ਵਕਤਾ ਕਰਮੇਲ ਪਹਾੜੇ ਪਰ ਕਿੱਠੇ ਕੀਤੇ। ਏਲੀਆਹ ਲੋਕਾਂ ਨੇ ਗਲਾਇਆ, ਕਾਲੂ ਤਿਕਰ ਤੁਹਾਂ ਆਪਣੇ ਪਾਪਾਂ ਤੇ ਪਸ਼ਚਾਤਾਪ ਕਰ ਗਏ, ਜੇ ਯਹੋਵਾ ਪਰਮਾਤਮਾ ਹੈ ਤਾਂ ਤਿਸ ਦੀ ਆਰਾਧਨਾ ਕਰਾ, ਜੇ ਯਹੋਵਾ ਪਰਮਾਤਮਾ ਹੈ ਤਾਂ ਤਿਸ ਦੀ ਭਗਤੀ ਕਰਾ, ਜੇ ਬਾਲ ਦੇਵਤਾ ਹੈ ਤਾਂ ਤਿਸ ਦੀ ਭਗਤੀ ਕਰਾ। ਤਾਲੂ ਏਲੀਆਹ ਬਾਲ ਦੇਵਤੇ ਦੇ ਭਵਿਸ਼ਯ ਵਕਤਾ ਨੇ ਗਲਾਣਾ ਲੱਗਾ, ਇੱਕ ਜਾਨਵਰ ਜੋ ਬਲੀ ਕਰਾ, ਕਨੇ ਤਿਸਦਾ ਮਾਸ ਬਲਿਦਾਨ ਕਰਨੇ ਤਾਈਂ ਬੇਦੀਆ ਪਰ ਰੱਖਾ, ਅਪਰ ਅੱਗ ਮਤ ਲਗਾਂਦੇ, ਤਿਸਦੇ ਬਾਅਦ ਮੈਂ ਵੀ ਤੀਏ ਹੀ ਕਰਗਾ, ਕਨੇ ਇੱਕ ਲੱਗ ਬੇਦੀਆ ਪਰ ਮੈਂ ਤਿਸ ਮਾਸੇ ਜੋ ਰੱਖਗਾ। ਤਾਲੂ ਪਰਮਾਤਮਾ ਬੇਦੀਆ ਚ ਅੱਗ ਸਟਗਾ ਤਾਂ ਤੁਹਾਂ ਜਾਣੀ ਲੈਂਗੇ ਕਿ ਸਹਿ ਸੱਚਾ ਪਰਮਾਤਮਾ ਹੈ। ਤਾਲੂ ਬਾਲ ਦੇਵਤੇ ਦੇ ਭਵਿਸ਼ਯ ਵਕਤਾ
ਇੱਕ ਬਲੀਏ ਜੋ ਬੇਦੀਆ ਪਰ ਰੱਖਿਆ ਅਪਰ ਅੱਗ ਨਹੀਂ ਲਗਾਈ। ਤਾਲੂ ਬਾਲ ਦੇਵਤੇ ਦੇ ਭਵਿਸ਼ਯ ਵਕਤਾ ਬਾਲ ਨੇ ਪ੍ਰਾਰਥਨਾ ਕੀਤੀ, ਉਹ ਬਾਲ ਦੇਵਤਾ ਆਹਾਂ ਦੀ ਸੁਣ, ਆਹਾਂ ਦੀ ਸੁਣ। ਪੂਰਾ ਦਿਨ ਤਿਨਾਂ ਪ੍ਰਾਰਥਨਾ ਕੀਤੀ, ਕਹਿੰਦੇ ਜੋਰੇ ਜੋਰੇ ਨੇ ਡਰਨਾ ਲੱਗੇ। ਇੱਥੋਂ ਤਿਕਰ ਤਿਨਾਂ ਆਪੂ ਜੋ ਚਾਕੂਆ ਨੇ ਬੜੀ ਲਿਆ, ਅਪਰ ਬਾਲ ਦੇਵਤੇ ਤਿਨਾਂ ਦੀ ਨਹੀਂ ਸੁਣੀ, ਕਹਿੰਦੇ ਤਿੰਨੀ ਕੋਈ ਅੱਗ ਨਹੀਂ ਸੱਟੀ। ਪੂਰਾ ਦਿਨ ਪ੍ਰਾਰਥਨਾ ਕਰਨ ਤੋਂ ਬਾਅਦ ਬਾਲ ਦੇਵਤੇ ਦੇ ਭਵਿਸ਼ਯ ਵਕਤਾਂ ਪ੍ਰਾਰਥਨਾ ਕਰਨਾ ਬੰਦ ਕਰੀ ਦਿੱਤਾ। ਇਸ ਤੋਂ ਬਾਅਦ ਜਾਲੂ ਐਲਿਆ ਹੈ ਦੂਵੇ ਜਾਨਵਰੇ ਦਾ ਮਾਸ ਬੇਦੀ ਉੱਪਰ ਰੱਖੀ ਦਿੱਤਾ। ਤਾਲੂ ਤਿੰਨੀ ਲੋਕਾਂ ਨੇ ਗਲਾਇਆ ਕਿ 12 ਘੜਿਆਂ ਜੋ ਮੂੰਹੇ ਤਿਕਰ ਬਾਰੀ ਕਰੀ ਕਹਿੰਦੇ ਬੇਦੀਆ ਪਰ ਤਾਲੂ ਤਿਕਰ ਡੋਲਦੇ ਰਿਹਾ। ਜਾਲੂ ਤਿਕਰ ਮਾਸ ਲੱਕੜੀਆਂ ਕਹਿੰਦੇ ਬੇਦੀਆ ਦੀ ਚੋਨੀ ਪਾਸਿਆਂ ਦੀ ਜ਼ਮੀਨ ਸਿਜੀ ਨਹੀਂ ਜਾ। ਫਿਰੀ ਐਲਿਆ ਪ੍ਰਾਰਥਨਾ ਕੀਤੀ, ਉਹ ਯਹੋਵਾ ਪਰਮਾਤਮਾ ਅਬਰਾਹਮ ਇਸਹਾਕ ਕਹਿੰਦੇ ਯਾਕੂਬੇ ਦੇ ਪਰਮਾਤਮਾ ਆਹਾਂ ਜੋ ਦੱਸ ਕਿ ਤੂੰ ਇਜ਼ਰਾਇਲ ਦੇਸ਼ ਦੇ ਪਰਮਾਤਮਾ ਹੈ, ਕਹਿੰਦੇ ਮੈਂ ਤੇਰਾ ਦਾਸ ਹੈ। ਉਹ ਯਹੋਵਾ ਪਰਮਾਤਮਾ ਮੇਰੀ ਸੁਣ, ਮੇਰੀ ਸੁਣ, ਕਿ ਇਹ ਲੋਕ ਜਾਣੀ ਲੈਣ ਕਿ ਤੂੰ ਹੀ ਸੱਚਾ ਯਹੋਵਾ ਪਰਮਾਤਮਾ ਹੈ। ਤਿਸੀ ਵਕਤ ਪਰਮਾਤਮਾ ਅੰਬਰੇ ਤੇ ਅੱਗ ਸੱਟੀ, ਕਹਿੰਦੇ ਤਿੰਨੀ ਮਾਸ ਲੱਕੜੀਆਂ ਪੱਥਰਾਂ ਧੂੜੀ ਸਮੇਤ ਫੂਕੀ ਦਿੱਤਾ। ਕਹਿੰਦੇ ਬੇਦੀਆ ਆਲੀ ਜਿਹੜਾ ਪਾਣੀ ਪੀਆ ਥਾ ਸਹਿ ਸਾਰਾ ਸੁਕਾਈ ਦਿੱਤਾ। ਇਹ ਦੇਖੀ ਕਰੀ ਸਾਰੇ ਲੋਕ ਜ਼ਮੀਨਾਂ ਪਰ ਡੰਡਵਤ ਕਰੀ ਨੇ ਗਲਾਣਾ ਲੱਗੇ, ਯਹੋਵਾ ਹੀ ਪਰਮਾਤਮਾ ਹੈ, ਯਹੋਵਾ ਹੀ ਪਰਮਾਤਮਾ ਹੈ। ਤਾਲੂ ਐਲਿਆ ਗਲਾਣਾ ਲੱਗਾ, ਬਾਲ ਦੇਵਤੇ ਦਾ ਇੱਕ ਵੀ ਭਵਿਸ਼ਯ ਵਕਤਾ ਬਚੀ ਕਰੀ ਨਹੀਂ ਜਾ ਸਕੇ। ਤਾਲੂ ਲੋਕਾਂ ਤਿਨਾਂ ਜੋ ਪਕੜੀ ਲਿਆ, ਕਹਿੰਦੇ ਤਿੱਥੋਂ ਤੇ ਲੱਗ ਲਈ ਕਰੀ, ਕਹਿੰਦੇ ਤਿਨਾਂ ਨੂੰ ਮਾਰੀ ਦਿੱਤਾ। ਤਾਲੂ ਐਲਿਆ ਅਹਾਬ ਰਾਜੇ ਨੇ ਗਲਾਇਆ, ਤੋਲੀ ਕਰ ਕਹਿੰਦੇ ਆਪਣੇ ਘਰੋਂ ਨੱਠੀ ਜਾ, ਕਜੋ ਕਿ ਬੜੀ ਜ਼ੋਰਦਾਰ ਵਰਖਾ ਹੋਣੇ ਵਾਲੀ ਹੈ। ਥੋੜੀ ਦੇਰ ਚ ਅੰਬਰ ਕਾਲਾ ਹੋਈ ਗਿਆ, ਕਹਿੰਦੇ ਬੜੀ ਜ਼ੋਰਦਾਰ ਵਰਖਾ ਹੋਣਾ ਲੱਗੀ। ਯਹੋਵਾ ਪਰਮਾਤਮਾ ਅਕਾਲੇ ਜੋ ਖਤਮ ਕਰੀ ਦਿੱਤਾ, ਕਹਿੰਦੇ ਇਹ ਸਾਬਿਤ ਕਰੀ ਦਿੱਤਾ ਕਿ ਸਹੀ ਸੱਚਾ ਪਰਮਾਤਮਾ ਹੈ। ਪਰਮਾਤਮਾ ਐਲਿਆ ਦੇ ਬਾਅਦ ਐਲੀਸ਼ਾ ਨਾਏ ਦੇ ਭਵਿਸ਼ਯ ਵਕਤਾ ਜੋ ਚੁਣਿਆ, ਪਰਮਾਤਮਾ ਐਲੀਸ਼ਾ ਦੇ ਜ਼ਰੀਏ ਮਤੇ ਚਮਤਕਾਰ ਕੀਤੇ, ਜਿਨ੍ਹਾਂ ਚ ਇੱਕ ਚਮਤਕਾਰ ਨਮਾਨ ਨਾਏ ਦੇ ਮਾਣੂਏ ਦੀਆ ਜ਼ਿੰਦਗੀ ਚ ਹੋਇਆ। ਸਹਿ ਦੁਸ਼ਮਣਾਂ ਦਾ ਸੈਨਾਪਤੀ ਥਾ, ਕਹਿੰਦੇ ਤਿਸੀ ਕੋਟ ਥਾ। ਨਮਾਨੇ ਐਲੀਸ਼ਾ ਦੇ ਬਾਰੇ ਚ ਸੁਣਿਆ ਥਾ, ਇਸ ਤਾਈ ਸਹਿ ਐਲੀਸ਼ਾ ਅਲੀ ਗਿਆ। ਮਿੰਜੋ ਇਸ ਤਰੀਕੇ ਖੜਾ ਕਰੇ, ਐਲੀਸ਼ਾ ਤਿਸਨੇ ਗਲਾਇਆ, ਤੂੰ ਜਾਈ ਨੇ ਯਰਦਨ ਨਦੀਆ ਚ 7 ਵਾਰੀ ਡੁਬਕੀ ਮਾਰ। ਨਮਾਨ ਇਸਾ ਗੱਲਾਂ ਜੋ ਸੁਣੀ ਕਰੀ ਗੁੱਸੇ ਹੋਇਆ, ਕਹਿੰਦੇ ਤਿੰਨੀ ਇਯਾਂ ਕਰਨੇ ਤੇ ਮਨਾ ਕਰੀ ਦਿੱਤਾ, ਕਜੋ ਕਿ ਤਿਸੀਓ ਵਿਸ਼ਵਾਸ ਨਹੀਂ ਹੋਇਆ ਕਿ ਇਯਾਂ ਕਰੀ ਨੇ ਸਹਿ ਖਰਾ ਹੋ ਸਕਦਾ ਹੈ। ਤਿਸੀਓ ਮੂਰਖਤਾ ਦੀ ਗੱਲ ਲੱਗੀ, ਅਪਰ ਬਾਅਦੇ ਚ ਆਪਣਾ ਮਨ ਬਦਲੀ ਲਿਆ, ਕਹਿੰਦੇ ਜਾਈ ਨੇ ਯਰਦਨ ਨਦੀਏ ਚ 7 ਵਾਰੀ ਡੁਬਕੀ ਲਗਾਈ। ਜਾਲੂ ਸਹਿ 7ਵੀਂ ਵਾਰੀ ਡੁਬਕੀ ਲਗਾਈ ਨੇ ਪਾਣੀ ਤੇ ਬਾਹਰ ਆਇਆ ਤਾਂ ਪਰਮਾਤਮਾ ਤਿਸੀਓ ਕੋੜੇ ਦੀ ਬਿਮਾਰੀਆਂ ਤੇ ਖਰਾ ਕਰੀ ਦਿੱਤਾ। ਪਰਮਾਤਮਾ ਇਸ ਤਰੀਕੇ ਨੇ ਇਜ਼ਰਾਇਲੀ ਲੋਕਾਂ ਅਲੀ ਮਤੇ ਭਵਿਸ਼ਯ ਵਕਤਿਆਂ ਜੋ ਗੱਲਿਆ, ਕਹਿੰਦੇ ਤਿੰਨਾਂ ਲੋਕਾਂ ਨੇ ਗਲਾਇਆ ਕਿ ਮੂਰਤੀਆਂ ਦੀ ਭਗਤੀ ਕਰਨਾ ਬੰਦ ਕਰੀ ਦਿਆ, ਕਹਿੰਦੇ ਦੋਵੇਂ ਲੋਕਾਂ ਸਾਈਏ ਖਰਾ ਵਰਤਾਵ ਕਹਿੰਦੇ ਦਇਆ ਕਰਦੇ ਰਿਹਾ। ਤਿੰਨਾਂ ਭਵਿਸ਼ਯ ਵਕਤਾਂ ਲੋਕਾਂ ਜੋ ਚੇਤਾਵਨੀ ਦਿੱਤੀ ਕਿ ਬੁਰੇ ਕੰਮ ਕਰਨਾ ਛੱਡੀ ਦਿਆ, ਕਹਿੰਦੇ ਪਰਮਾਤਮੇ ਦੇ ਹੁਕਮਾਂ ਦਾ ਪਾਲਣ ਕਰਾ। ਫਿਰੀ ਇਹ ਵੀ ਗਲਾਇਆ, ਜੇ ਤੁਹਾਂ ਇਯਾਂ ਨਹੀਂ ਕੀਤਾ ਤਾਂ ਪਰਮਾਤਮਾ ਤੁਹਾਂ ਜੋ ਪਾਪੀ ਸਮਝੀ ਕਰੀ ਤੁਹਾਂ ਦਾ ਨਿਆਏ ਕਰੇਗਾ, ਕਹਿੰਦੇ ਤੁਹਾਂ ਜੋ ਸਜ਼ਾ ਦੇਗਾ। ਮਤੀ ਵਾਰੀ ਲੋਕਾਂ ਪਰਮਾਤਮੇ ਦੇ ਹੁਕਮਾਂ ਦਾ ਪਾਲਣ ਨਹੀਂ ਕੀਤਾ,
ਅਪਰ ਅਕਸਰ ਤਿੰਨਾਂ ਭਵਿਸ਼ਯ ਵਕਤਾਂ ਸੋਗੀ ਬੁਰਾ ਵਰਤਾਵ ਕੀਤਾ, ਕਨੇ ਇੱਥੋਂ ਤੀਕਰ ਤਿੰਨਾਂ ਜੋ ਮਾਰੀ ਵੀ ਦਿੱਤਾ। ਇੱਕ ਵਾਰੀ ਯਰਮਿਆਹ ਭਵਿਸ਼ਯ ਵਕਤਾ ਜੋ ਸੁੱਕੇ ਖੂਹ ਵਿੱਚ ਪਾਈ ਦਿੱਤਾ, ਕਨੇ ਤਿਸੀਓ ਤਿੱਥੂ ਮਰਨੇ ਜੋ ਛੱਡੀ ਦਿੱਤਾ। ਖੂਹ ਵਿੱਚ ਪਾਣੀ ਨਹੀਂ ਥਾ, ਸਿਰਫ ਚਿੱਕੜ ਥਾ। ਯਰਮਿਆਹ ਤਿਸ ਚਿੱਕੜੇ 'ਚ ਦਬੂਈ ਗਿਆ, ਅਪਰ ਤਾਲੂ ਰਾਜਾ ਤਿਸ ਪਰ ਦਇਆ ਕੀਤੀ, ਕਨੇ ਤਿੰਨੀ ਆਪਣੇ ਸੇਵਕਾਂ ਜੋ ਹੁਕਮ ਦਿੱਤਾ ਕਿ ਯਰਮਿਆਹ ਦੇ ਮਰਨੇ ਤੇ ਪਹਿਲੇ ਤਿਸੀਓ ਖੂਹੇ ਤੇ ਬਾਹਰ ਕੱਢੀ ਕਰੀ ਲਈ ਆਵਾ। ਭਵਿਸ਼ਯ ਵਕਤਾਂ ਪਰਮਾਤਮੇ ਦੇ ਬਾਰੇ 'ਚ ਲੋਕਾਂ ਜੋ ਲਗਾਤਾਰ ਦੱਸਦੇ ਰਹਿ, ਚਾਹੇ ਲੋਕ ਤਿੰਨਾਂ ਨੇ ਨਫ਼ਰਤ ਕਰਦੇ ਥੇ, ਤਿੰਨਾਂ ਲੋਕਾਂ ਜੋ ਚੇਤੋਣੀ ਦਿੱਤੀ ਕਿ ਜੇ ਤੁਹਾਂ ਆਪਣੇ ਪਾਪਾਂ ਤੇ ਪਛਤਾਪ ਨਹੀਂ ਕਰਗੇ ਤਾਂ ਪਰਮਾਤਮਾ ਤੁਹਾਂ ਜੋ ਨਾਸ ਕਰੀ ਦਿੰਗਾ। ਤਿੰਨਾਂ ਲੋਕਾਂ ਜੋ ਪਰਮਾਤਮੇ ਦਾ ਸਹਿਬਾਦਾ ਯਾਦ ਕਰਵਾਇਆ ਕਿ ਮਸੀਹ ਤੋਲੀ ਆਉਣੇ ਵਾਲਾ ਹੈ।